ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਉੱਤੇ ਸਾਈਕਲ ਰਾਈਡਰ 19 ਕਲੱਬ ਸ਼੍ਰੀ ਮੁਕਤਸਰ ਸਾਹਿਬ ਫਾਊਂਡਰ ਸ਼ਮਿੰਦਰ ਠਾਕੁਰ ਵੱਲੋਂ ਜੋ ਇਹ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਹ ਹੈ ਸਾਡਾ ਸਟਾਰਟਿੰਗ ਪੁਆਇੰਟ ਨਰਸਰੀ ਵਾਲਾ, ਇੱਥੋਂ ਆਪਾਂ ਸ਼ੁਰੂ ਹੋਣਾ ਸਾਰਿਆਂ ਨੇ ਅੱਜ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਈਕਲ ਰਾਈਡਰ 19 ਕਲੱਬ ਵੱਲੋਂ ਵਾਤਾਵਰਨ ਦਿਵਸ ਉੱਤੇ ਜੋ ਅੱਜ ਰੈਲੀ 5 ਤਰੀਕ ਨੂੰ ਸ਼ੁਰੂ ਕੀਤੀ ਹੈ, 5/6/2024 ਨੂੰ ਆਉਂਦਾ ਸਟਾਰਟਿੰਗ ਪੁਆਇੰਟ ਹੈ ਜੀ। ਆਓ, ਫਿਰ ਬਹੁਤ ਨਜ਼ਾਰਾ ਆਏਗਾ, ਬੜਾ ਮਜ਼ਾ ਆਏਗਾ। ਅਤੇ ਇਹੀ ਸਾਈਕਲ ਰਾਈਡਰ 19 ਕਲੱਬ ਦੇ ਸਾਰੇ ਵੀਰ ਭੈਣ ਇਹੀ ਮੈਸੇਜ ਦਿੰਦੇ ਆ ਕਿ ਵਾਤਾਵਰਨ ਨੂੰ ਬਚਾਈਏ, ਪੇੜ ਪੌਦੇ ਲਾਈਏ, ਦਰਖਤ ਲਾਈਏ ਅਤੇ ਆਕਸੀਜਨ ਨੂੰ ਵਧਾਈਏ। ਲਓ ਵੀ ਮਿੱਤਰੋ, ਜਿਹੜਾ ਨਜ਼ਾਰਾ ਸਵੇਰੇ ਸਾਈਕਲਿੰਗ ਕਰਨ ਦਾ ਆਉਂਦਾ ਨਾ, ਉਹ ਸ਼ਾਮ ਨੂੰ ਨਹੀਂ ਆਉਂਦਾ, ਕਿਉਂਕਿ ਠੰਡੀ ਠੰਡੀ ਹਵਾ, ਟੈਂਪਰੇਚਰ ਵੀ ਬਹੁਤ ਘੱਟ ਹੈ। 23 ਦੇ ਨੇੜੇ ਤੇੜੇ ਹੋਊਗਾ 23-24 ਦੇ। ਕੀ ਨੰਨੀ ਜੀ ਪਰੀ, ਉਹ ਵੀ ਅੱਜ ਸਾਡੇ ਨਾਲ ਜੁੜੀ ਹੈ, ਤੁਹਾਨੂੰ ਮੈਂ ਦਿਖਾਉਂਦਾ। ਉਹਦਾ ਪਿੱਧਾ ਜਿਹਾ ਸਾਈਕਲ ਹੈ, ਪਿੱਧੀ ਜੀ ਉਹ ਆਪ ਹੈ, ਪਰ ਵਧੀਆ ਲੱਗਦੀ ਪਈ ਹੈ, ਦਿਖਾਉਂਦਾ ਤੁਹਾਨੂੰ। ਲਓ ਜੀ, ਆ ਸਾਡੀ ਇੱਕ ਨਿੱਕੀ ਜੀ ਲੜਕੀ ਸਾਡੇ ਨਾਲ ਜਾ ਰਹੀ ਹੈ। ਅੱਜ ਇਹਨੇ ਇਨਸਿਸਟ ਕੀਤਾ ਆਪਣੇ ਮੰਮੀ ਪਾਪਾ ਨੂੰ, ਮੈਂ ਵੀ ਆਪਣੇ ਛੋਟੇ ਜਿਹੇ ਸਾਈਕਲ ਦੇ ਨਾਲ ਵੱਡੇ ਵੀਰਾਂ ਭੈਣਾਂ ਦੇ ਨਾਲ ਜਾਊਂਗੀ। ਅਤੇ ਦੇਖੋ ਕਿੰਨੀ ਐਕਸਾਈਟਮੈਂਟ ਦੇ ਨਾਲ ਇਹ ਬੱਚੀ ਰਾਈਡ ਦੇ ਵਿੱਚ ਭਾਗ ਲੈਂਦੀ ਪਈ ਆ। ਮੈਂ ਤੁਹਾਨੂੰ ਅੱਗੇ ਆ ਕੇ ਦਿਖਾਉਣਾ ਥੋੜ੍ਹਾ ਜਿਹਾ, ਤੁਸੀਂ ਦੇਖੋ। ਲਓ ਜੀ, ਤਾਂ ਵੀਰੋ ਅਤੇ ਭੈਣੋ, ਤੁਸੀਂ ਵੀ ਆਓ, ਨਿੱਕੇ ਨਿੱਕੇ ਬੱਚੇ ਆ ਰਹੇ ਆ, ਆਪਦੀ ਸਿਹਤ ਸੰਭਾਲੀਏ, ਸਾਈਕਲਿੰਗ ਕਰੀਏ, ਅੱਗੇ ਜਾ ਕੇ ਦੇਖਦੇ ਹਾਂ ਕੀ ਬਣਦਾ, ਬੜਾ ਮਜ਼ਾ ਆਏਗਾ। ਠੀਕ ਹੈ ਜੀ, ਆ ਜਾਓ ਮੇਰੇ ਨਾਲ ਨਾਲ ਪਿੱਛੇ ਪਿੱਛੇ ਆ ਗਿਆ, ਬੜਾ ਹਿੰਮਤੀ ਹੈ, ਇਹਦੀ ਸਿਹਤ 'ਤੇ ਨਾ ਜਾਇਆ ਜੀ, ਕਦੇ ਸਿਹਤ ਵੇਖ ਕੇ ਕਹੋ ਬਈ ਇਹਦੇ ਹੈ ਨਹੀਂ ਕੁਛ, ਇਹਨੂੰ ਭਾਵੇਂ ਬਠਿੰਡੇ ਲੈ ਜਾਓ, ਹਾਂ ਬਠਿੰਡੇ ਹੀ ਪਹੁੰਚ ਜੂਗਾ। ਵੈਰੀ ਗੁੱਡ, ਦੇਖੋ ਨਿੱਕੇ ਨਿੱਕੇ ਬੱਚੇ ਕਿੰਨਾ ਉਤਸ਼ਾਹ ਆ ਰਿਹਾ, ਅਤੇ ਉਹ ਸਾਡੀ ਮੰਜ਼ਿਲ ਆ ਗਈ ਹੈ ਜੀ, ਨਹਿਰਾਂ ਤੇ ਹਰਿਆਣਾ ਦੀ। ਕਹਿੰਦੇ ਉਹਨਾਂ ਨੇ ਕਿ ਪੁੱਜਣਾ ਇਹ ਮੰਜ਼ਿਲਾਂ ਦੇ ਉੱਤੇ, ਜਿਹੜੇ ਰਾਹ ਛੱਡ ਬੈਠੇ ਪੈਰੀ ਚੁੱਬੇ ਕੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਤਾਂ ਲਓ ਜੀ, ਇਹ ਸਾਡਾ ਸ਼ੌਂਕ ਹੈ ਸਾਈਕਲਿੰਗ, ਅਸੀਂ ਸਾਈਕਲਿੰਗ ਸ਼ੌਂਕ ਦੇ ਨਾਲ ਕਰਦੇ ਹਾਂ। ਆਹ ਆ ਗਈਆਂ ਨਹਿਰਾਂ ਜੀ, ਦੇਖੋ ਸਾਰੀਆਂ ਨਹਿਰਾਂ, ਉਹ ਸਾਡੇ ਵੀਰ, ਸਾਡੇ ਸਾਰਿਆਂ ਦੀ ਪਿੱਛੇ ਆ ਰਹੀ ਹੈ ਗੱਡੀ ਆਪਣੀ। ਤਾਂ ਲਓ ਜੀ, ਆਹ ਸਾਡੇ ਵੀਰ ਪਹਿਲਾਂ ਹੀ ਮੋਰਚਾ ਲਾ ਕੇ ਇੱਥੇ ਖੜ੍ਹੇ ਆ। ਤਾਂ ਆਹ ਨਹਿਰਾਂ ਆ ਗਈਆਂ ਜੀ, ਆਹ ਸਾਰੇ ਵੀਰ ਇੱਥੇ ਹੁਣ ਰੁਕਣਗੇ ਕੁਝ ਸਮੇਂ ਲਈ, ਫਿਰ ਇੱਥੋਂ ਵਾਪਸੀ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ, ਉਸ ਪਰਮਾਤਮਾ ਦਾ ਅੰਤ ਉਹਨੇ ਕੀ ਬਣਾਇਆ ਸਾਡੇ ਲਈ ਬਣਾਇਆ, ਉਹ ਲੇਖੇ ਵਿੱਚ ਨਹੀਂ ਹੈ, ਬੇਅੰਤ ਹੈ। ਤਾਂ ਇਹ ਪਿੱਛੇ ਜੋ ਨਹਿਰ ਚੱਲਦੀ ਪਈ ਹੈ, ਇਹ ਨਹਿਰ ਵੀ ਕੁਦਰਤੀ ਸਾਨੂੰ ਇੱਕ ਸੁਨੇਹਾ ਦਿੰਦੀ ਪਈ ਹੈ ਕਿ ਨਿਰੰਤਰ ਤੁਰਦੇ ਰਹੋ, ਤੁਰਦੇ ਰਹੋ। ਜਿਹੜਾ ਟਾਰਗੇਟ ਹੈ ਉਹ ਉਸਦਾ ਸਮੁੰਦਰ ਹੈ, ਸਮੁੰਦਰ ਦੇ ਵਿੱਚ ਨਦੀਆਂ ਨਾਲੇ ਸਾਰੇ ਸਮਾ ਜਾਂਦੇ ਆ, ਫਿਰ ਉਹ ਸਮੁੰਦਰ ਹੀ ਹੋ ਜਾਂਦੇ ਆ।
ਤਾਂ ਅਸੀਂ ਸਾਰੇ ਉਸ ਨਹਿਰਾਂ ਨਾਲਿਆਂ ਵਾਂਗੂ ਹੈ, ਪਰਮਾਤਮਾ ਸਮੁੰਦਰ ਹੈ। ਜਦੋਂ ਉਹਦੇ ਨਾਲ ਜੁੜ ਗਈ ਫਿਰ ਉਹਦਾ ਰੂਪ ਹੀ ਹੋ ਜਾ। ਉੱਨੀ ਦੇਰ ਤੱਕ ਭਟਕਣਾ ਹੀ ਹੈ, ਉੱਨੀ ਦੇਰ ਤੱਕ ਨਿਰੰਤਰਤਾ ਹੀ ਹੈ। ਜਿਹੜਾ ਰੁਕ ਗਿਆ ਉਹ ਖਤਮ ਹੋ ਗਿਆ, ਖੱਪ ਗਿਆ। ਰੁਕਿਆ ਹੋਇਆ ਪਾਣੀ ਬਦਬੋ ਦਿੰਦਾ, ਚੱਲਦਾ ਹੋਇਆ ਪਾਣੀ ਖੁਸ਼ਬੋ ਦਿੰਦਾ। ਆਓ ਚੱਲਦੇ ਰਹੀਏ। ਜੋ ਹਿੰਮਤ, ਦ੍ਰਿੜਤਾ, ਨਿਸ਼ਠਾ ਆਪਾਂ ਰੱਖ ਸਕਦੇ ਹਾਂ, ਪਰਮਾਤਮਾ ਨੇ ਸਾਨੂੰ ਇੰਨੀ ਹਿੰਮਤ ਦਿੱਤੀ ਹੈ, ਰੱਖੀਏ ਅਤੇ ਆਪਣੇ ਗੋਲ ਨੂੰ ਪੂਰਾ ਕਰੀਏ। ਠੀਕ ਹੈ ਜੀ, ਆਓ ਫਿਰ ਹੁਣ ਵਾਪਸੀ ਤੁਰਦੇ ਹਾਂ, ਸਾਡਾ ਟਾਰਗੇਟ ਸੀ। ਇਸ ਤੋਂ ਬਾਅਦ ਅਸੀਂ ਉੱਥੇ ਹੀ ਨਰਸਰੀ ਵਿੱਚ ਪਹੁੰਚਾਂਗੇ, ਜਿੱਥੇ ਬੜੇ ਸੋਹਣੇ ਸੋਹਣੇ ਸਨਮਾਨ ਚਿੰਨ੍ਹ ਮਿਲਣਗੇ, ਰਿਫਰੈਸ਼ਮੈਂਟ ਮਿਲੇਗੀ, ਬੜਾ ਮਜ਼ਾ ਆਏਗਾ। ਠੀਕ ਹੈ ਜੀ, ਆ ਜਾਓ। ਮੈਂ ਧੰਨਵਾਦ ਕਰਦਾ ਸਾਈਕਲ ਰਾਈਡਰ 19 ਕਲੱਬ ਦੇ ਸਾਰੇ ਮੈਂਬਰਾਂ ਦਾ, ਫਾਊਂਡਰ ਸ਼ਮਿੰਦਰ ਠਾਕੁਰ ਜੀ ਦਾ ਅਤੇ ਭੂਨ ਜਵੈਲਰ ਵਾਲੇ ਸਾਰੇ ਵੀਰ, ਹੋਰ ਵੀ ਰੋਬਿਨ ਖੇੜਾ ਜੀ, ਮਣੀ ਮਸੌਂ ਜੀ, ਇਹ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੋ ਇਹੋ ਜਿਹੇ ਇਵੈਂਟ ਕਰਦੇ ਆ। ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਤਰੱਕੀਆਂ ਬਖਸ਼ੇ। ਆਓ ਫਿਰ ਪਹੁੰਚੀਏ। ਆਹ ਸੜਕ ਸਾਨੂੰ ਦੱਸਦੀ ਪਈ ਹੈ ਕਿ ਅੱਗੇ ਮੰਜ਼ਿਲ ਹੈ, ਪਰ ਜੇ ਅਸੀਂ ਆਪਣਾ ਨਿਸ਼ਾਨਾ ਸਿਰਫ ਮੰਜ਼ਿਲ 'ਤੇ ਹੀ ਰੱਖਿਆ, ਰਸਤੇ ਦੀਆਂ ਜਿਹੀਆਂ ਖੁਸ਼ੀਆਂ ਨੂੰ ਨਹੀਂ ਮਾਣਿਆ, ਤਾਂ ਅਸੀਂ ਬੜੀ ਵੱਡੀ ਭੁੱਲ ਕਰਾਂਗੇ। ਤਾਂ ਰਸਤੇ ਦੀ ਖੁਸ਼ੀ ਨੂੰ ਜ਼ਰੂਰ ਮਾਣੋ। ਦਾ ਮਸ਼ਹੂਰ ਇੱਕ ਵੈਡਿੰਗ ਰਿਜ਼ੋਰਟ ਹੈ ਜਿਹਦਾ ਨਾਮ ਹੈ ਅਰਜਨ ਕੈਸਲ। ਇੱਥੇ ਇੱਕ ਦੋ ਵਾਰੀ ਆਇਆ ਮੈਂ ਮੈਰਿਜ 'ਤੇ। SDM ਦੀ ਮੈਰਿਜ ਸੀ ਰਾਜਪਾਲ ਸਿੰਘ ਦੀ, ਉਹਨਾਂ ਦੀ ਮੈਰਿਜ ਮੈਂ ਅਟੈਂਡ ਕੀਤੀ ਹੈ। ਇੱਥੇ ਬਹੁਤ ਹੀ ਆਲੀਸ਼ਾਨ ਬਣਿਆ ਹੋਇਆ, ਬਹੁਤ ਹੀ ਵਧੀਆ। ਉਹ ਵੀ ਦੋਸਤੋ ਸਾਈਕਲ ਰਾਈਡਰ 19 ਕਲੱਬ ਦੇ ਵੀਰ ਛੋਟੇ ਆ, ਦੇਖੋ ਟੋਲੀਆਂ ਬਣਾ ਬਣਾ ਕੇ ਦੇਖੋ ਆ ਰਹੇ ਹੈ। ਇਹਨਾਂ ਦੇ ਦਿਲ ਦੇ ਵਿੱਚ ਬੜੀ ਐਕਸਾਈਟਮੈਂਟ ਹੈ ਕਿ ਇਹਨਾਂ ਨੂੰ ਜਾ ਕੇ ਮੈਡਲ ਮਿਲਣੇ ਆ। ਇਹਨਾਂ ਨੇ ਆਪਣੇ ਗਲੇ ਗੁਲੇ ਸਾਫ਼ ਕਰ ਲਿਆ ਵੀ ਜਿੱਥੇ ਮੈਡਲ ਦੀਆਂ ਡੋਰੀਆਂ ਆਉਣੀਆਂ ਨਾ, ਉਹ ਜਗ੍ਹਾ ਸਾਫ਼ ਕਰ ਲਈ ਇਹਨਾਂ ਨੇ। ਤਾਂ ਬੜਾ ਮਜ਼ਾ ਆ ਰਿਹਾ ਛੋਟੇ ਵੀਰਾਂ ਦੇ ਨਾਲ ਸਾਈਕਲਿੰਗ ਕਰਨ ਦਾ। ਸੱਚੀ ਇਹਨਾਂ 'ਚ ਸਮਾਈਲ ਦੇਖੋ ਕਿੱਡੀ ਪਿਆਰੀ, ਵਾਹ, ਕਲੋਜ਼ਅਪ ਕਰਕੇ ਆਏ ਸਾਰੇ, ਠੀਕ ਹੈ। ਤਾਂ ਥੋੜ੍ਹਾ ਬਹੁਤ ਫਨ ਸ਼ਨ ਵੀ ਹੋਣਾ ਚਾਹੀਦਾ ਨਾਲ ਨਾਲ, ਹੈ ਨਾ, ਤਾਂ ਹੀ ਫਿਰ ਸਾਈਕਲਿੰਗ ਆਪਣੀ ਬੜੀ ਵਧੀਆ ਲੱਗੂਗੀ। ਤਾਂ ਆਓ ਤੁਹਾਨੂੰ ਫਿਰ ਉੱਥੇ ਦੇਖਦੇ ਹਾਂ। ਇਹਨੂੰ ਰਸਤੇ ਦੇ ਉੱਤੇ ਡਾਕਟਰ ਬਲਵਿੰਦਰ ਸਿੰਘ ਗਰੋਵਰ ਜੀ ਮਿਲੇ ਨੇ, ਨਾਲ ਉਹਨਾਂ ਦੇ ਸੱਜਣ ਮਿੱਤਰ। ਅੱਜ ਇਹਨਾਂ ਦੀ ਤੰਦਰੁਸਤੀ ਦਾ ਰਾਜ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਈਕਲਿੰਗ ਦੇ ਨਾਲ ਪੈਦਲ ਵੀ ਤੁਰਦੇ ਆ। ਅਤੇ ਆਪਾਂ ਵੀ ਸਾਰੇ ਆਪਣੀ ਸਿਹਤ ਨੂੰ ਨਨੋਆ ਬਣਾਉਣ ਲਈ ਸਾਈਕਲਿੰਗ ਕਰਿਆ ਕਰੀਏ, ਪੈਦਲ ਤੁਰਿਆ ਕਰੀਏ, ਤਾਂ ਹੀ ਆਪਾਂ ਇੱਕ ਨਰੋਈ ਕਾਇਆ ਹਾਸਲ ਕਰ ਸਕਾਂਗੇ, ਜਿਹਦੇ ਅੰਦਰ ਇੱਕ ਨਰੋਆ ਮਨ ਰਹੇਗਾ, ਠੀਕ ਹੈ ਜੀ। ਤਾਂ ਸਾਨੂੰ ਜੁਆਇਨ ਕਰ ਸਕਦੇ, ਧੰਨਵਾਦ। ਲਓ ਜੀ ਪਿਆਰਾ ਬੇਟਾ ਮਯੰਕ, ਅੱਜ ਫਿਰ ਮੈਨੂੰ ਮਿਲ ਗਿਆ। ਅੱਜ ਮੋਤੀਚੂਰ ਦਾ ਲੱਡੂ ਲੱਗੀ ਜਾਂਦਾ, ਉਹ ਪਿੱਛੇ ਆਪਣੇ ਸਾਰੇ ਵੀਰ ਦੇਖੋ ਬਈ। ਤਾਂ ਇਹਨਾਂ ਅੰਦਰ ਜੋਸ਼ ਉਬਾਲੇ ਮਾਰਦਾ ਪਿਆ, ਦੇਖੋ ਇਹ ਕਹਿੰਦੇ ਭਾਵੇਂ ਸਾਨੂੰ ਲੱਦਾਖ ਲੈ ਜਾਓ ਪਰ ਅਸੀਂ ਰਸਤੇ 'ਚ ਮੁੜ ਆਵਾਂਗੇ, ਠੀਕ ਹੈ, ਜਿੱਥੇ ਮਰਜ਼ੀ ਲੈ ਜਾਓ ਕਹਿੰਦੇ ਸਾਨੂੰ, ਅਸੀਂ ਪਹੁੰਚ ਜਾਵਾਂਗੇ ਕਿਉਂਕਿ ਸਾਈਕਲਿੰਗ ਸਾਡਾ ਪੈਸ਼ਨ ਹੈ, ਹੈ ਨਾ ਦੋਸਤੋ। ਹਾਂ ਬੜਾ ਮਜ਼ਾ ਆ ਰਿਹਾ ਜੀ, ਤੁਸੀਂ ਵੀ ਆਓ ਸਾਡੇ ਨਾਲ ਜੁਆਇਨ ਕਰੋ। ਆ ਕਿੱਡਾ ਪਿਆਰਾ ਬੋਰਡ ਲੱਗਿਆ, ਆਈ ਲਵ ਸ਼੍ਰੀ ਮੁਕਤਸਰ ਸਾਹਿਬ। ਗੋਲ ਗੋਲ ਘੁੰਮ ਜਾਵੇ ਮਿੱਤਰਾ, ਅੱਗੇ ਤੇਰੀ ਮੰਜ਼ਿਲ ਆ ਗਈ ਹੈ। ਲਓ ਜੀ ਉਹ ਗੁਰਦੁਆਰਾ ਤਰਨ ਤਾਰਨ ਸਾਹਿਬ ਹੈ, ਅਤੇ ਇੱਧਰ ਆਪਾਂ ਆਪਣੀ ਮੰਜ਼ਿਲ ਵੱਲ ਪਹੁੰਚਦੇ ਹੋਏ। ਹੋਰ ਜੀ ਖੂਹ ਮੁਕਤੇ ਮੀਨਾਰ, 40 ਮੁਕਤਿਆਂ ਦੀ ਯਾਦ ਵਿੱਚ ਇਹ ਬਣੀ ਹੋਈ ਹੈ ਮੁਕਤੇ ਮੀਨਾਰ, ਇੱਕ ਪਾਰਕ ਹੈ।
ਜਿਹਦੇ ਵਿੱਚ ਉਹ ਖੰਡਾ ਬਣਿਆ ਹੋਇਆ ਜਿਹੜਾ ਸਟੀਲ ਦਾ, ਤਾਂ ਉਸ ਖੰਡੇ ਨੂੰ, ਖੰਡੇ ਵਿੱਚ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹੈ। ਉਹ ਦੇਖੋ ਜੀ, ਇਹ ਸਾਰਾ ਬੜਾ ਵੱਡਾ ਗ੍ਰੀਨਰੀ ਹੈ ਸਾਰੀ, ਇੱਥੇ ਸਾਰੀ ਕਲੋਨੀ ਹੈ। ਤਾਂ ਦੇਖੋ ਕਿੱਡਾ ਵਧੀਆ ਬਣਿਆ ਹੋਇਆ ਪਾਰਕ ਸਾਰਾ, ਠੀਕ ਹੈ ਜੀ। ਹਾਂਜੀ ਪਿਆਰੇ ਦੋਸਤੋ, ਮੇਰਾ ਛੋਟਾ ਵੀਰ ਸ਼ਹਿਰੀ, ਪੂਰਾ ਨਾਮ ਤੁਹਾਡਾ ਜੀ? ਹਰਮਿੰਦਰ ਸਿੰਘ। ਵਾਹ ਜੀ ਵਾਹ, ਇਹਨਾਂ ਦਾ ਸਾਈਕਲ ਦੇਖੋ ਕਿੱਦਾਂ ਪਿਆਰਾ। ਵਾਹ ਜੀ ਵਾਹ, ਇਹ ਦੇਖੋ ਅਸੀਂ ਇਕੱਠੇ ਤੁਰੇ ਸੀ, ਨਹੀਂ ਮੇਰੇ ਤੋਂ ਬਾਅਦ ਆਇਆ ਅਤੇ ਵੇਖੋ ਵਾਪਸ ਪਹੁੰਚ ਗਿਆ। ਕਿੰਨੀ ਹੈ ਨਾ ਅੱਲਾ ਸ਼ੇਰੀ ਹੈ ਮੁੰਡੇ ਵਿੱਚ। ਤਾਂ ਇਹ ਵੀ ਰੈਲੀ ਦਾ ਇੱਕ ਹਿੱਸਾ ਬਣੇ। ਹਰਮਿੰਦਰ ਸਿੰਘ ਜੀ, ਤੁਹਾਡਾ ਧੰਨਵਾਦ ਜੀ। ਸ਼੍ਰੀ ਆਪਣੀ ਸਾਹਮਣੇ ਆ ਗਈ ਹੈ, ਸੈਂਟਰ ਪਲਾਜ਼ਾ ਦੇ ਆਪਾਂ ਨੇੜੇ ਆ ਗਏ ਹਾਂ। ਇੱਥੇ ਹੁਣ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਊਗਾ, ਰਿਫਰੈਸ਼ਮੈਂਟ ਦਿੱਤੀ ਜਾਊਗੀ, ਠੀਕ ਹੈ ਜੀ। ਮੇਰੇ ਮੂੰਹ 'ਚ ਤਾਂ ਪਾਣੀ ਆ ਗਿਆ ਪਹਿਲਾਂ ਹੀ। ਆਹਾ ਫਰੂਟੀ ਬਣਾਉਣਾ, ਕਿਆ ਬਾਤ ਹੈ, ਅੱਜ ਤੁਹਾਨੂੰ ਦਿਖਾਵਾਂ। ਅੱਜ ਅਸੀਂ ਰੈਲੀ ਦੇ ਜਿਹੜੇ ਬਹੁਤ ਹੀ ਮਿਹਨਤੀ ਵੀਰ ਗੋਬਿੰਦ ਖੇੜਾ ਜੀ ਨਾਲ ਖੜ੍ਹੇ ਹਾਂ ਜੀ। ਤਾਂ ਆਹ ਨਰਸਰੀ ਜਿਹੜੇ ਸਪੋਂਸਰ ਸੀ ਦਾ ਪਲਾਂਟ ਸਟੂਡੀਓ, ਠੀਕ ਹੈ ਜੀ। ਆਓ ਤੁਹਾਨੂੰ ਵੀਰਾਂ ਨਾਲ ਮਿਲਾਵਾਂ। ਸਾਰੇ ਵੀਰਾਂ ਦੇ ਬਾਈਕ ਸਾਈਕਲ ਇੱਥੇ ਖੜ੍ਹੇ ਆ ਜੀ। ਆ ਜਾਓ ਫਿਰ ਆਪਾਂ ਅੰਦਰ ਚਲੀਏ। ਆ ਜਾ ਸਾਡੇ ਵੀਰ ਹਰਭਗਵਾਨ ਜੀ, ਕੇਲੇ ਦਾ ਆਨੰਦ ਲੈਂਦੇ ਹੋਏ। ਆਹ ਵੀਰਾਂ ਭੈਣਾਂ ਵੱਲੋਂ ਜਿਨ੍ਹਾਂ ਵੱਲੋਂ ਸਪੋਂਸਰ ਹੋਈ ਹੈ ਰੈਲੀ, ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ੇ, ਕਾਮਯਾਬੀਆਂ ਬਖਸ਼ੇ। ਉਹ ਨਿੱਕੀ ਜਿਹੀ ਪਰੀ ਜਿਹੀ ਤੁਹਾਨੂੰ ਮੈਂ ਦਿਖਾਈ ਸੀ ਨਾ ਸਾਈਕਲਿੰਗ ਕਰਦੀ ਪਈ ਸੀ, ਉਹ ਇਹ ਸੀ। ਹੁਣ ਐਨਰਜੀ ਲੈ ਰਹੀ ਹੈ ਪੋਟਾਸ਼ੀਅਮ ਕੈਲਸ਼ੀਅਮ ਬਣਾਉਣਾ ਵਿੱਚੋਂ। ਆਹ ਵੀਰ ਸਾਡੇ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਮਨਦੀਪ ਸਿੰਘ। ਓਕੇ ਜੀ, ਪਤਾ ਯਾਦ ਰੱਖੋ, ਸੈਂਟਰਲ ਪਲਾਜ਼ਾ ਦੇ ਬਿਲਕੁਲ ਸਾਹਮਣੇ।